ਮਿਰਜ਼ਈਆਂ ਦਾ ਜ਼ੋਰ ਏ, ਹਜ਼ੂਰ ਦੇ ਗੁਲਾਮਾਂ ਦੇ ਗਰੀਬ ਮਿਸਕੀਨ, ਪਰ ਇਮਾਨ ਬੜਾ ਤਕੜਾ, ਇਮਾਨ ਮਜ਼ਬੂਤ ਏ। ਦਿਲ ਕੀਤਾ ਸਾ ਨਬੀ ਦੀ ਮਿਲਾਦ ਦਾ, ਹਜ਼ੂਰ ਦੀ ਖਤਮ ਨਬੂਵਤ ਦਾ ਜਲਸਾ ਕਰਾਈਏ। ਸਿਆਲਕੋਟ ਦੇ ਅਲਾਮਾ ਜ਼ਿਆਉਲ੍ਲਾ ਕਾਦਰੀ ਕੋਲ ਟਾਈਮ ਲੈ ਲਿਆ, ਵਕਤ ਮੁਕਰਰ ਹੋ ਗਿਆ, ਮਹਿਫਿਲ ਦਾ ਦਿਨ ਆ ਗਿਆ, ਮਿਰਜ਼ਈ ਭੂਤ ਪਾਇਆ ਖਲ ਗਿਆ, ਸਾ ਜਲਸਾ ਨਹੀਂ ਕਰਾਉਣ ਦੇਣਾ, ਜਲਸਾ ਨਹੀਂ ਹੋਵੇਗਾ, ਜਲਸਾ ਆਇਆ ਕਿ ਅਸੀਂ ਫੁਲਾਂ ਕਰ ਦਿਆਂਗੇ, ਅਸੀਂ ਇਸ ਤਰ੍ਹਾਂ ਕਰ ਦਿਆਂਗੇ, ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਤੁਹਾਡੀਆਂ ਕੁੜੀਆਂ ਕੱਢ ਲਾਂਗੇ, ਮਾਦ ਅੱਲਾ ਧਮਕੀਆਂ ਤੇ ਆ ਗਏ। ਮੇਰੇ ਆਕਾ ਦੇ ਗੁਲਾਮ ਅੱਲਾਮਾ ਜ਼ਿਆਉਲ੍ਲਾ ਕਾਦਰੀ ਦੇ ਕੋਲ ਆ ਕੇ, ਅੱਲਾਮਾ ਜੀ ਤੁਹਾਨੂੰ ਬੜੀ ਮੁਹੱਬਤ ਨਾਲ ਬੁਲਾਇਆ, ਪਰ ਅਸੀਂ ਸ਼ਰਮਿੰਦਾ ਜਲਸਾ ਨਹੀਂ ਕਰਾ ਸਕਦੇ। ਫਰਮਾਇਆ ਹੋਇਆ ਕੀ? ਕਹਿਣ ਲੱਗੇ ਅੱਲਾਮਾ ਜੀ ਮੈਨੂੰ ਇਹ ਦੱਸੋ, ਲਾਗੇ ਲਾਗੇ ਪਿੰਡਾਂ ਵਿੱਚ ਡੰਡੇ ਸੁੱਟ ਵਾਲਾ ਹੈ ਵੇ, ਅੱਲਾਮਾ ਜ਼ਿਆਉਲ੍ਲਾ ਕਾਦਰੀ ਬੋਲ ਕੇ ਆਉਂਦੇ ਨੇ, ਕੋਈ ਲੋਕੋ ਇਹ ਨਾ ਆਖੋ ਚੰਗਾ ਕਿ ਮੰਦਾ ਹੈ, ਮੈਨੂੰ ਬਸ ਇਹ ਦੱਸੋ ਹੈ ਸੁਨੀ ਹੈ, ਸੁਨੀ ਹੈ ਕਿ ਨਹੀਂ? ਆਖਣ ਲੱਗੇ ਅੱਲਾਮਾ ਜੀ ਹੈ ਸੁਨੀ। ਫਰਮਾਇਆ ਮੈਨੂੰ ਉਹਦੇ ਡੇਰੇ ਤੇ ਲੈ ਚੱਲੋ, ਅੱਲਾਮਾ ਜ਼ਿਆਉਲ੍ਲਾ ਕਾਦਰੀ ਨੂੰ ਨਾਲ ਲੈ ਕੇ ਸਾਰੇ ਬੇਲੀ ਡੇਰੇ ਤੇ ਆ ਗਏ, ਬਾਹਰ ਦਰਵਾਜ਼ੇ ਤੇ ਪਹੁੰਚੇ ਨੇ। ਅੱਲਾਮਾ ਸਾਹਿਬ ਪੁੱਛਿਆ, ਮੈਂ ਜਾ ਕੇ ਕੋਈ ਨਾਂ ਲਵਾਂ, ਕੀ ਨਾਂ ਹੈ, ਕੀ ਦਰਾਏ ਆ, ਜਿਹਦੇ ਕੋਲ ਆਏ ਉਹਦਾ ਨਾਂ ਕੀ ਹੈ? ਆਖ ਲੱਗੇ ਅੱਲਾਮਾ ਜੀ ਇਹਦਾ ਨਾਂ ਨੂਰਾ ਡਾਕੂ ਹੈ, ਇਹਦਾ ਨਾਂ ਨੂਰਾ ਡਾਕੂ ਹੈ। ਅੱਲਾਮਾ ਸਾਹਿਬ ਅੰਦਰ ਗਏ, ਜਾ ਕੇ ਨੂਰੇ ਨੂੰ ਸਲਾਮ ਫਰਮਾਇਆ, ਨੂਰਾ ਜਿਵੇਂ ਕੋਈ ਬੇਨਿਆਜ਼ ਹੋ ਕੇ ਬੈਠਾ ਹੈ, ਦੁਨੀਆ ਵੱਲ ਜੂ ਲੱਗਾ ਹੈ, ਮੌਲਵੀਆਂ ਨੂੰ ਕੋਈ ਅਹਿਮੀਅਤ ਨਹੀਂ, ਆਖ ਲੱਗੇ ਵਾਲੇਕੁਮ ਸਲਾਮ, ਹਾਂਜੀ ਕਿੱਧਰ ਆਏ ਹੋ? ਅੱਲਾਮਾ ਜ਼ਿਆਉਲ੍ਲਾ ਕਾਦਰੀ ਨੇ ਫਰਮਾਇਆ, ਓ ਨੂਰੀਆ ਜਿਸ ਨਬੀ ਦਾ ਤੂੰ ਕਲਮਾ ਪੜ੍ਹਨਾ ਹੈ, ਮੈਂ ਵੀ ਉਹਦਾ ਹੀ ਕਲਮਾ ਪੜ੍ਹਨਾ ਲਾਵਾਂ। ਇਸ ਗੱਲ ਨੇ ਚੋਟ ਲਾਈ, ਨੂਰਾ ਸਿੱਧਾ ਕੇ ਬਹਿ ਗਿਆ, ਅੱਖ ਲਗਾ ਅੱਲਾਮਾ ਜੀ ਕੀ ਮਤਲਬ ਹੈ? ਫਰਮਾਇਆ ਮੈਂ ਸਿਆਲਕੋਟ ਤੋਂ ਚੱਲਿਆ ਯਾਰ ਦੀ ਖਤਮ ਨਬੂਵਤ ਦੀ ਗੱਲ ਕਰਨ ਆਇਆ ਸਾਂ, ਮਿਰਜ਼ਈ ਆਉਂਦੇ ਨੇ ਅਸਾਂ ਜਲਸਾ ਨਹੀਂ ਕਰਨ ਦੇਣਾ, ਅਸੀਂ ਸੀਆਂ ਕੱਢ ਲਾਂਗੇ। ਨੂਰੇ ਦੀ ਦਿਲ ਤੇ ਚੋਟ ਲੱਗੀ, ਆਖਿਆ ਅੱਲਾਮਾ ਜੀ ਖਬਰਾਉਣਾ ਜਲਸਾ ਹੋਵੇਗਾ, ਅੱਜ ਹੀ ਹੋਵੇਗਾ, ਠੋਕ ਵਜਾ ਜਲਸਾ ਹੋਵੇਗਾ, ਅੱਜ ਹੀ ਹੋਵੇਗਾ, ਉੱਥੇ ਹੀ ਹੋਵੇਗਾ, ਪੂਰੇ ਭਾਰ ਨਾਲ ਹੋਵੇਗਾ। ਅੱਲਾਮਾ ਜ਼ਿਆਉਲ੍ਲਾ ਕਾਦਰੀ ਜਦੋਂ ਇਹ ਗੱਲ ਸੁਣੀ, ਦਿਲ ਵਿੱਚ ਠੰਡ ਪੈ ਗਈ, ਨੂਰਾ ਖਲ ਲਗਾ ਆਪਣੇ ਕਾਰਿੰਦਿਆਂ ਨੂੰ ਨਾਲ ਜਾਓ, ਜਾ ਕੇ ਜਲਸਾ ਸ਼ੁਰੂ ਕਰਾਓ, ਮੈਂ ਵੀ ਪਿਆਉਣਾ, ਜਾ ਕੇ ਜਲਸਾ ਸ਼ੁਰੂ ਕਰਾਓ, ਮੈਂ ਵੀ ਆ ਰਿਹਾ। ਨੂਰੇ ਦੇ ਕਾਰਿੰਦੇ ਅੱਲਾਮਾ ਸਾਹਿਬ ਨੂੰ ਲੈ ਕੇ ਜਲਸਾ ਗਾਵੇ ਚਲੇ ਗਏ, ਮਸਜਿਦ ਚਲੇ ਗਏ, ਜਲਸਾ ਸ਼ੁਰੂ ਹੋ ਗਿਆ।
ਮਿਰਜ਼ਈਆਂ ਨੂੰ ਪਤਾ ਲੱਗ ਗਿਆ ਨੂਰਾ ਆਉਣ ਵਾਲਾ ਹੈ। ਹੁਣ ਸਾਰਿਆਂ ਦੀ ਮਾਂ ਮਰ ਗਈ, ਸਾਰਿਆਂ ਦੀ ਮਾਂ ਮਿਰਜ਼ਈਆਂ ਦੀ ਮਰ ਗਈ, ਕੋਈ ਬਾਹਰ ਨਹੀਂ ਨਿਕਲਿਆ। ਪਤਾ ਨੂਰੇ ਨੇ ਆਈ ਤਾਈ ਫੇਰ ਛੱਡਣੀ ਹੈ। ਜਲਸਾ ਸ਼ੁਰੂ ਹੋ ਗਿਆ, ਅੱਲਾਮਾ ਜ਼ਿਆਉਲ ਕਾਦਰੀ ਦੀ ਤਕਰੀਰ ਸ਼ੁਰੂ ਹੋਈ, ਹੌਲੀ ਹੌਲੀ ਤਕਰੀਰ ਜਾਰੀ। ਉਧਰੋਂ ਨੂਰਾ ਆ ਗਿਆ ਮਸਜਿਦ ਦੇ ਦਰਵਾਜ਼ੇ ਤੇ ਬਾਹਰ ਆ ਕੇ ਨੂਰਾ ਆਉਂਦਾ ਹੈ ਉੱਚੀ ਸਾਰੀ ਆਵਾਜ਼ ਨਾਲ, ਅੱਲਾਮਾ ਜੀ ਹਜ਼ਰਤ ਜੀ ਹਾਵੀ ਹਾਵੀ ਨਹੀਂ ਕੰਮ ਚੁੱਕ ਕੇ ਰੱਖੋ। ਇਹਨਾਂ ਦਾ ਨਸਬ ਖੋਲੋ, ਮਿਰਜ਼ਈਆਂ ਦੀ ਅਸਲ ਦੱਸੋ, ਮਿਰਜ਼ਈਆਂ ਦੀ ਨਸਲ ਦੱਸੋ, ਕੰਮ ਕਾਣੇ ਦੀ ਸ਼ਜਰਾ ਖੋਲੋ, ਉਹ ਕਸੀਦੀ ਦੇ ਪੁੱਤਰ ਦਾ ਸ਼ਜਰਾ ਖੋਲੋ। ਕਿਵੇਂ ਮਰਿਆ, ਕਿੱਥੇ ਮਰਿਆ, ਕੀ ਖਾਂਦਾ ਮਰਿਆ, ਉਹ ਦੱਸੋ ਸਾਰਾ ਸ਼ਜਰਾ ਖੋਲਿਆ। ਜਲਸਾ ਵਾਲਾ ਕਾਮਯਾਬ ਤਰੀਨ ਜਲਸਾ, ਅੱਲਾਮਾ ਜ਼ਿਆਉਲ ਕਾਦਰੀ ਆਪਣੇ ਘਰ, ਨੂਰਾ ਡਾਕੂ ਆਪਣੇ ਘਰ। ਕਿਸੇ ਮਿਰਜ਼ਈ ਨੂੰ ਜ਼ਰੂਰਤ ਨਹੀਂ ਹੈ, ਕੋਈ ਹਜ਼ੂਰ ਦੇ ਗੁਲਾਮਾਂ ਵੱਲ ਅੱਖ ਜਾ ਕੇ ਵੇਖੇ। ਵਕਤ ਗੁਜ਼ਰਦਾ ਗਿਆ, ਗੁਜ਼ਰਦਾ ਗਿਆ, ਗੁਜ਼ਰਦਾ ਗਿਆ। ਨੂਰੇ ਨੇ ਇਰਾਦਾ ਕੀਤਾ, ਮੈਂ ਸਿਆਲਕੋਟ ਅੱਲਾਮਾ ਜ਼ਿਆਉਲ ਕਾਦਰੀ ਨੂੰ ਮਿਲਣ ਜਾਣਾ। ਪੁੱਛਦਿਆਂ ਪੁੱਛਦਿਆਂ ਸਿਆਲਕੋਟ ਪਹੁੰਚ ਗਿਆ, ਦਰਵਾਜ਼ਾ ਖੜਕਾਇਆ, ਅੱਲਾਮਾ ਸਾਹਿਬ ਬਾਰਾ ਸਲਾਮ ਦੁਆ ਹੋਈ। ਨੂਰਾ ਪੁੱਛਦਾ ਹੈ, ਪਹਿਚਾਨਿਆ ਜੇ ਮੈਂ ਕੌਣ? ਅੱਲਾਮਾ ਜ਼ਿਆਉਲ ਕਾਦਰੀ ਫਰਮਾਉਂਦੇ ਨੇ ਨਹੀਂ, ਅੱਲਾਮਾ ਜੀ ਨਹੀਂ ਪਹਿਚਾਨਿਆ, ਨਹੀਂ ਫੇਰਾਂ ਦਾ ਨਹੀਂ ਪਹਿਚਾਨਿਆ। ਅੱਲਾਮਾ ਜ਼ਿਆਉਲ ਕਾਦਰੀ ਆਖਦੇ ਨੇ, ਮੈਂ ਨਹੀਂ ਪਹਿਚਾਨਿਆ। ਐ ਨਾਦ ਖਾਨ ਸਾਹਿਬ, ਮੈਨੂੰ ਇੰਜ ਮਿਲਣ 4 ਸਾਲ ਬਾਅਦ ਵੀ ਮਿਲਣ, ਮੈਨੂੰ ਪਹਿਚਾਨਣ ਵਿੱਚ ਆਸਾਨੀ ਹੋਵੇਗੀ। ਤੇ ਜੇ ਇਹਨਾਂ ਦੀ ਦਾੜੀ ਸ਼ਰੀਫ ਉਸ ਨਾਦ ਖਾਨ ਜੀ ਦੀ ਹੋ ਜਾਏ, ਮੇਰੇ ਮੁਸਤਫਾ ਦੀ ਸੁਨਤ ਦੇ ਮੁਤਾਬਿਕ ਹੋ ਜਾਏ, ਹੁਲੀਆ ਬਦਲੇ, ਪਹਿਚਾਨਣ ਵਿੱਚ ਮੁਸ਼ਕਿਲ ਹੁੰਦੀ ਹੈ। ਜਦੋਂ ਨੂਰਾ ਪਹਿਲੋਂ ਮਿਲਿਆ ਸੀ, ਵੱਡੀਆਂ ਵੱਡੀਆਂ ਮੁੱਛਾਂ, ਸਿਰੋਂ ਨੰਗਾ, ਦਾੜੀ ਸ਼ਰੀਫ ਕੋਈ ਨਹੀਂ। ਜਦੋਂ ਅੱਜ ਨੂਰਾ ਮਿਲਿਆ ਹੈ, ਸਿਰ ਤੇ ਇਮਾਮਾ ਹੈ, ਸਿਰ ਤੇ ਇਮਾਮਾ ਹੈ, ਚਿਹਰੇ ਤੇ ਮੁਸਤਫਾ ਦੀ ਸੁਨਤ ਹੈ। ਛੋਟੀਆਂ ਨੇ ਦਾੜੀ ਵੱਡੀ ਹੈ, ਜਦੋਂ ਨੂਰੇ ਨੇ ਇਹ ਗੱਲ ਸੁਣੀ ਅੱਖਾਂ ਵਿੱਚ ਅੱਥਰੂ ਆ ਗਏ। ਆਖਿਆ ਅੱਲਾਮਾ ਜੀ ਮੈਂ ਕੋਈ ਨੂਰਾ ਡਾਕੂ ਯਾਰ ਯਾਰ ਨੂੰ ਮਿਲਿਆ, ਆਸ਼ਿਕ ਆਸ਼ਿਕ ਨੂੰ ਮਿਲਿਆ, ਇਸ਼ਕ ਦੀ ਅੱਗ ਲੱਗੀ, ਦੋਵਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ, ਪਿਆਰ ਨਾਲ ਮਿਲੇ ਨੇ। ਅੱਲਾਮਾ ਸਾਹਿਬ ਅੰਦਰ ਲੈ ਗਏ, ਬੈਠਕ ਵਿੱਚ ਬਿਠਾਇਆ, ਚਾਹ ਪਾਣੀ ਹੋ ਗਿਆ। ਹੁਣ ਅੱਲਾਮਾ ਪੁੱਛਦੇ ਨੇ, ਨੂਰਿਆ ਇਹ ਤਬਦੀਲੀ ਕਿਵੇਂ ਆਈ ਹੈ? ਇਮਰਾਨ ਖਾਨ ਵਾਲੀ ਤਬਦੀਲੀ ਨਹੀਂ, ਨਬੀ ਦੇ ਇਸ਼ਕ ਵਾਲੀ ਤਬਦੀਲੀ। ਨਾਰਾ ਰਿਆਸਤ ਮਦੀਨਾ ਦਾ, ਤੇ ਕੰਮ ਸਾਰੇ ਕਾਫਿਰਾਂ ਨਾਲ। ਓਏ ਬਦਬਖਤੋ, ਇੰਜ ਰਿਆਸਤ ਮਦੀਨਾ ਨਹੀਂ ਬਣਦੀ, ਰਿਆਸਤ ਮਦੀਨਾ ਉਦੋਂ ਤੋਂ ਬਣੇਗੀ ਜਦੋਂ ਤੇਰਾ ਮੇਰਾ ਉੱਠਣਾ ਪੈਣਾ ਇਸਲਾਮ ਦੇ ਕਾਨੂੰਨ ਦੇ ਮੁਤਾਬਿਕ ਹੋ ਜਾਏਗਾ। ਇਸਲਾਮ ਦੀ ਕਾਨੂੰਨ ਦੀ ਪਾਲਾ ਦਸਤੀ ਹੋਵੇਗੀ ਜਦੋਂ ਗੁਸਤਾਖਾਂ ਨੂੰ ਫੱਟੇ ਲਾਇਆ ਜਾਏਗਾ ਤੇ ਆਸ਼ਿਕਾਂ ਦਾ ਇਸਤਿਕਬਾਲ ਹੋਵੇਗਾ।
ਸੁਣਿਆ ਤਬਦੀਲੀ ਕਿਵੇਂ ਆਈ ਆਖਿਆ ਅਲਾਮਾ ਦੀ ਗੱਲ ਯਾਦ ਕਰੋ ਬਟ ਸਾਹਿਬ ਆਂਦਾ ਉਹ ਗੱਲ ਯਾਦ ਕਰੋ ਤੁਸੀਂ ਆਖਿਆ ਸੀ ਨੂਰਿਆ ਨਬੀ ਦੀ ਖਤਮ ਨਬੂਵਤ ਦਾ ਚੌਕੀਦਾਰ ਤੂੰ ਬਣ ਜਾ ਹਜ਼ੂਰ ਦੇ ਕਰਮ ਦਾ ਜ਼ਿੰਮਾ ਮੇਰੇ ਕੋਲ ਲੈ ਲੈ ਚੌਕੀਦਾਰ ਤੂੰ ਬਣ ਜਾ ਜ਼ਿੰਮਾ ਮੇਰੇ ਕੋਲ ਲੈ ਲੈ ਜ਼ਿੰਮਾ ਮੇਰੇ ਕੋਲ ਨਬੀ ਦੇ ਕਰਮ ਦਾ ਲੈ ਲੈ ਆਂਦਾ ਐ ਅਲਾਮਾ ਜੀ ਆਤ ਮਹਿਫਿਲ ਮੁੱਕੀ ਏ ਮੈਂ ਖਰ ਗਿਆ ਵਾਂ ਅੱਖ ਲੱਗੀ ਏ ਜਿੰਜ ਦੀ ਲੱਗੀ ਏ ਮੈਂ ਤੇ ਆਂਦਾ ਸਾਂ ਉਠਾਈ ਨਾ ਸੁਫਨੇ ਦੇ ਵਿੱਚ ਮੇਰਾ ਮਾਹੀ ਮਿਲਿਆ ਤੇ ਮੈਂ ਗੱਲ ਵਿੱਚ ਪਾ ਹਰ ਪਾਸੇ ਨੂਰ ਨੂਰ ਚਾਨਣੀ ਚਾਨਣ ਰੋਸ਼ਨੀ ਰੋਸ਼ਨੀ ਏ ਮੈਂ ਅਰਜ਼ ਕੀਤਾ ਕੌਣ ਏ ਕੌਣ ਏ ਜਵਾਬ ਆਇਆ ਨੂਰਿਆ ਚੌਕੀਦਾਰੀ ਕੀਤੀ ਅੱਲਾਹੁ ਅਕਬਰ ਕਬੀਰਾ ਨੂਰਾਂ ਦਾ ਲਾਮਾ ਜੀ ਮੈਂ ਹੱਥ ਜੋੜ ਲੈ ਹੱਥ ਜੋੜ ਕੇ ਅਰਜ਼ ਕੀਤੀ ਸੋਹਣਿਆ ਕਿੱਥੇ ਮੈਂ ਕਮੀਨਾ ਮੇਰੀ ਕੀ ਔਕਾਤ ਸੋਹਣਿਆ ਮੇਰੀ ਜ਼ਿੰਦਗੀ ਦੇ ਸ਼ਬੋ ਰੋਜ਼ ਤੋਂ ਤੁਸੀਂ ਵਾਕਿਫ ਹੋ ਮੇਰੀ ਕੀ ਔਕਾਤ ਤੇਰੀ ਕਿਆ ਬਾਤ ਸੋਹਣਿਆ ਮੈਂ ਕਿੱਥੇ ਤੁਸੀਂ ਕਿੱਥੇ ਮੇਰੇ ਦੇ ਪਾਕ ਮੇਰੇ ਆਕਾ ਨੇ ਸੋਹਣੇ ਲਬ ਖੋਲੇ ਨੂਰਾ ਅਲਾਮਾ ਸਾਨੂੰ ਦੱਸਦਾ ਹੈ ਆਖਦਾ ਹੈ ਮੇਰੇ ਖੁਸ਼ੀ ਦੇ ਆਸੂ ਹਜ਼ੂਰ ਦੀ ਦੀਦ ਨਸੀਬ ਹੋ ਗਈ ਅੱਲਾਹੁ ਅਕਬਰ ਕਬੀਰਾ ਉਹ ਕਸਮ ਬਖੁਦਾ ਨਬੀ ਦੇ ਗੁਲਾਮ ਰਾਤੀ ਸੌਣ ਲੱਗਿਆ ਫੇਸਬੁੱਕ ਖੋਲ ਕੇ ਨਾ ਸੌ ਮੇਰੇ ਮੁਸਤਫਾ ਦੀ ਦੀਦ ਦੀ ਤੜਪ ਰੱਖ ਕੇ ਸੌ ਦਰੂਦ ਪਾਕ ਪੜਦਿਆ ਸੌ ਜਾ ਕੋਈ ਰਾਤ ਐਸੀ ਆਏਗੀ ਮੁਸਤਫਾ ਦੀ ਦੀਦ ਹੋਵੇਗੀ ਆਸ਼ਿਕ ਦੀ ਦੀਦ ਹੋਵੇਗੀ ਔਰ ਸਾਰੀ ਦੁਨੀਆ ਦੀਆਂ ਨਿਆਮਤਾਂ ਇਸ ਹਾਜ਼ਰ ਦੇ ਨਜ਼ਦੀਕ ਸਾਰੀ ਦੁਨੀਆ ਦੀਆਂ ਨਿਆਮਤਾਂ ਇੱਕ ਪਾਸੇ ਮੇਰੇ ਮੁਸਤਫਾ ਦੀ ਇੱਕ ਵਾਰ
ساری دید ایک پاسے بلکہ تقابل ہی کوئی نہیں توازن ہی کوئی نہیں تقابل ہی کوئی نہیں کمپیریزن ہی کوئی نہیں تماسن ہی کوئی نہیں مماثلت بھی کوئی نہیں کتھے نبی دی دید کتھے دنیا دیا دولتاں میرے آقا دا غلام بن گیا حضور نے کرم فرمایا حضور نے رنگ چھڑیا فرمایا تو کی کردا رہیا اے اے نہیں ویکھیا کی کیتا اے ساڈی عزت دا چوکیدار بنیا اے اسیں جا گئے ہاں تیرے تے کرم کرن آ گئے ہاں نوراں دا علامہ جی میں اٹھیا اس ویلے ارادہ کر لیا نا ہوں لٹنا نہیں ہے کیونکہ آج تے میں آپ لٹیا گیا آج تے میں آپ لٹیا گیا آج تے میں آپ لٹیا گیا میرے آقا کریم نے غلام اس تو بعد نورے داڑی نہیں منڈائی نورے ڈاکے نہیں مارے پتا چلیا جدے تے نبی دا کرم ہو جائے وہ دی زندگی چ انقلاب آ جاتا ہے جنو نبی دی دید آ جائے وہ سب کائنات دیاں شیواں بھول کے ہر ویلے کئی چہرہ وہی چہرہ نظر وچ رہندا ہے وہی صورت نظر وچ رہندی ہے تے میرا عشق آندا ہے میری محبت آخری ہے میری عقیدت آخری ہے میں تے اپنی محبت دی ترجمانی تے نورے دی محبت دی ترجمانی اپنے انداز وچ کراں تے اے آکھاں گا جدوں نورے نو دید ہو گئی نورے نو نبی پاک دی زیارت نصیب ہو گئی خیر نال چھولی بھر گئی خیرات مل گئی نورا بھی یہی آخنا ہوئے گا کہ میں بھی یہی آخنا ماں صدا و صدا رب تیرا دوارا یا ٹھنڈ پاؤ میرے گل جلے ٹھنڈ پاؤ